ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਘੀ ਜੀ ਆਇਆਂ ਨੂੰ ਇਸ ਖਾਸ ਪ੍ਰੋਗਰਾਮ ਦੇ ਵਿੱਚ। ਚਾਹੇ ਤੁਸੀਂ ਯੂਕੇ ਦੇ ਵਿੱਚ ਬੈਠੇ ਹੋ, ਚਾਹੇ ਯੂਰਪ ਦੇ ਵਿੱਚ, ਜਾਂ ਅਮਰੀਕਾ, ਆਸਟ੍ਰੇਲੀਆ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹੋ ਤਾਂ ਬਹੁਤ ਬਹੁਤ ਮੈਂ ਤੁਹਾਨੂੰ ਜੀ ਆਇਆਂ ਨੂੰ ਕਰਦਾ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਖਾਸ ਸ਼ਖਸੀਅਤ ਸਾਡੇ ਕੋਲ ਹੈ। ਖਾਸ ਕਿਉਂ ਹੈ? ਕਿਉਂਕਿ ਉਹ ਬਹੁਤ ਖਾਸ ਨੇ। ਜਦੋਂ ਪੰਜਾਬੀ ਗਾਇਕੀ ਦੀ ਗੱਲ ਚੱਲਦੀ ਹੈ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਗਾਇਕ ਨੇ, ਹਜ਼ਾਰਾਂ ਲੱਖਾਂ ਗਾਇਕ ਨੇ। ਅੱਜ ਹਰ ਘਰ ਦੇ ਵਿੱਚ ਗਾਇਕ ਹੈ, ਪਰ ਜਦੋਂ ਅਸਲ ਗਾਇਕੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਵਿਰਲੇ ਹੀ ਨਾਮ ਰਹਿ ਜਾਂਦੇ ਨੇ। ਉਹਨਾਂ ਦੇ ਵਿੱਚੋਂ ਇੱਕ ਹੈ ਅੱਜ ਜੋ ਸ਼ਖਸੀਅਤ ਸਾਡੇ ਕੋਲ ਇੱਥੇ ਪਹੁੰਚੀ ਹੈ। ਜਦੋਂ ਉਹਨਾਂ ਦੀ ਆਵਾਜ਼ ਸੁਣਦੇ ਹਾਂ ਤਾਂ ਉਹਦੇ ਵਿੱਚੋਂ ਪੰਜਾਬ ਦੀ ਜ਼ਰਖੇਜ਼ ਧਰਤੀ ਦੀ ਖੁਸ਼ਬੂ ਆਉਂਦੀ ਹੈ। ਪੰਜਾਬ ਦਾ ਕਲਚਰ ਆਪ ਮੁਹਾਰੇ ਸਾਡੀਆਂ ਅੱਖਾਂ ਮੂਹਰੇ ਆ ਜਾਂਦਾ, ਚਾਹੇ ਅਸੀਂ ਦੇਸ਼ ਦੇ ਵਿੱਚ ਬੈਠੇ ਹੋਈਏ, ਚਾਹੇ ਵਿਦੇਸ਼ ਦੇ ਵਿੱਚ। ਉਹਨਾਂ ਦੀ ਸੁਰੀਲੀ ਆਵਾਜ਼ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੰਦੀ ਹੈ। ਮੇਰੀ ਮੁਰਾਦ ਹੈ ਹਰਜੀਤ ਹਰਮਨ ਜੀ। ਥੈਂਕ ਯੂ ਜੀ, ਮੇਰੇ ਵੱਲੋਂ ਵੀ ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੁਪਾ ਜੀ, ਸਭ ਤੋਂ ਪਹਿਲਾਂ ਯੂਕੇ ਦੀ ਧਰਤੀ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਆਖਦੇ ਹਾਂ। ਕਿਵੇਂ ਰਿਹਾ ਤੁਹਾਡਾ ਸਫ਼ਰ? ਪ੍ਰਗਟਾਂ ਦਾ ਇੱਕ ਮੇਰੇ ਗੀਤ ਯਾਦ ਆ ਜਾਂਦਾ ਹੈ, ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ। ਹੁਣ ਮੈਨੂੰ ਤਾਂ ਕਿਤੇ ਫਰਕ ਨਹੀਂ ਲੱਗਦਾ ਵੀ ਯੂਕੇ 'ਚ ਬੈਠਾਂ ਜਾਂ ਮੈਂ ਆਪਣੇ ਪੰਜਾਬ 'ਚ ਬੈਠਾਂ, ਅਤੇ ਮੇਰੇ ਗਾਣਿਆਂ ਨੂੰ ਬੜਾ ਮੁਹੱਬਤ। ਇੱਥੋਂ ਵਾਲੇ ਜਨਰੇਸ਼ਨ ਹੈ ਜਿਹੜੀ, ਉਹਨਾਂ ਜਿੱਤ ਸਿੱਧੀ ਸਾਦੀ ਜੱਟੀ ਜੱਟ 24 ਕੈਰਟ ਦਾ, ਅਤੇ ਮੇਰਾ ਕਾਫੀ ਆਉਣਾ ਜਾਣਾ ਪਿਛਲੇ ਸਮੇਂ ਤੋਂ ਇੱਥੇ ਰਿਹਾ ਜੀ। ਕਦੇ ਵਿਆਹ ਦੇ ਫੰਕਸ਼ਨ ਹੋ ਗਏ, ਕਦੇ ਸ਼ੋਅ ਹੋ ਗਏ ਜੀ। ਸੋ ਬੜਾ ਪਿਆਰ ਸਾਰਿਆਂ ਵੱਲੋਂ ਮਿਲਦਾ ਜੀ। ਸੋ ਤੁਸੀਂ ਪ੍ਰਗਟ ਸਿੰਘ ਹੋਰਾਂ ਦੀ ਗੱਲ ਕੀਤੀ ਹੈ, ਸ਼ੁਰੂਆਤ ਦੇ ਵਿੱਚ ਮੈਂ ਸ਼ਰਧਾਂਜਲੀ ਭੇਟ ਕਰਦੇ ਹਾਂ ਅਕਾਲ ਚੈਨਲ ਦੀ ਟੀਮ ਵੱਲੋਂ ਬਾਈ ਪ੍ਰਗਟ ਸਿੰਘ ਹੋਰਾਂ ਦੀ ਬੇਵਕਤੀ ਮੌਤ ਦੇ ਉੱਤੇ, ਜਿਨ੍ਹਾਂ ਦੇ ਜਾਣ ਦੇ ਨਾਲ ਪੰਜਾਬੀ ਇੰਡਸਟਰੀ ਨੂੰ, ਪੰਜਾਬੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਬਹੁਤ ਸਾਰੇ ਐਸੇ ਗੀਤ ਨੇ ਜਿਹੜੇ ਉਹਨਾਂ ਨੇ ਗਾਏ, ਅੱਜ ਵੀ ਸਾਡਿਆਂ ਦਿਲਾਂ ਦੇ ਉੱਤੇ ਰਾਜ ਕਰਦੇ ਨੇ। ਜਦੋਂ ਪੰਜਾਬ ਦੀ ਵੰਡ ਦੀ ਗੱਲ ਕਰਦੇ ਹਾਂ, ਸ਼ਹੀਦ ਸਿੰਘਾਂ ਦੀ ਗੱਲ ਕਰਦੇ ਹਾਂ, ਧਰਮ ਦੀ ਗੱਲ ਕਰਦੇ ਹਾਂ, ਕਲਚਰ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਗੀਤ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਵੀ ਤੋੜ ਸਾਨੂੰ ਦਿਖਾਈ ਨਹੀਂ ਦਿੰਦਾ। ਕੀ ਕਹੋਗੇ ਭਾਈ? ਬਿਲਕੁਲ, ਮੈਂ ਤਾਂ ਅਕਸਰ ਬੜਾ ਘਾਟਾ, ਵੈਸੇ ਆਪਾਂ ਕਹਿੰਦੇ ਹਾਂ ਕਿ ਮੇਰੀ ਗਾਇਕੀ ਨੂੰ ਪਿਆ, ਉਹ ਤਾਂ ਚਲੋ ਦੁਨੀਆਦਾਰੀ 'ਤੇ ਚੱਲਦੇ ਰਹਿੰਦੇ ਨੇ, ਘਾਟੇ ਵੱਧ ਇੱਕ ਭਰਾਵਾਂ ਵਰਗਾ ਪਿਆਰ ਸੀ ਮੇਰਾ ਪ੍ਰਗਟ ਦੇ ਨਾਲ, ਉਹ ਮੇਰੇ ਲਈ ਗੀਤਕਾਰ ਨਹੀਂ ਸੀ ਅਤੇ ਭਰਾ ਸੀ ਵੱਡਾ, ਅਤੇ ਮੇਰੇ ਨਾਲ ਮੇਰੇ ਖਾਸ ਦੋ ਤਿੰਨ ਵਾਰ ਇੱਥੇ ਵੀ ਆਉਂਦਾ ਰਿਹਾ, ਹਾਂ ਯੂਕੇ ਦੀ ਧਰਤੀ 'ਤੇ ਵੀ ਆਉਂਦਾ ਰਿਹਾ, ਅਤੇ ਕਾਫੀ ਉਹਨਾਂ ਦੇ ਇੱਥੇ ਦੋਸਤ ਨੇ ਜਿਹਨਾਂ ਨਾਲ ਪਿਆਰ ਸੀ। ਅਤੇ ਬਾਕੀ ਜਿਹੜਾ ਦੂਜਾ ਘਾਟਾ, ਕਿਉਂਕਿ ਕਲਮਾਂ ਇਹੋ ਜਿਹੀਆਂ, ਮੈਨੂੰ ਨਹੀਂ ਲੱਗਦਾ ਸਾਰੇ ਨੇ, ਹਰ ਆਰਟਿਸਟ ਮਿਹਨਤੀ ਹੈ, ਹਰ ਗੀਤਕਾਰ ਮਿਹਨਤੀ ਹੈ, ਕੋਈ ਬੁਰਾ ਨਹੀਂ ਹੈਗਾ, ਪਰ ਪ੍ਰਗਟ ਸਿੰਘ ਦੀ ਜਦੋਂ ਕਲਮ ਚੱਲਦੀ ਤਾਂ ਅਚਾਨਕ ਅਸੀਂ ਦੇਖਦੇ ਵੀ ਉਹਨੇ ਗੱਲ ਕਿੱਥੋਂ ਅਲੱਗ ਕਿਸਮ ਦੀ ਗੱਲ ਕਰਨੀ। ਗੱਲ ਤਾਂ ਪਿਆਰ ਮੁਹੱਬਤ ਦੀ ਹੁੰਦੀ ਹੈ, ਵਿਛੋੜੇ ਦੀ ਹੁੰਦੀ ਹੈ, ਕੋਈ ਸੈਡ ਸੌਂਗ, ਕੋਈ ਰੋਮਾਂਟਿਕ, ਕਦੇ ਪੰਜਾਬ ਦੀ ਕਰ ਲਈ, ਕੋਈ ਸਾਹਿਤਕ ਪੱਖ ਦੀ, ਜਾਂ ਕੋਈ ਸਮਾਜ ਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਵੀ ਉਹ ਕਰਨ ਨੂੰ ਹਟਦਾ ਨਹੀਂ ਸੀ ਗਾਣਿਆਂ ਦੇ ਰਾਹੀਂ। ਇੱਕ ਮੇਰਾ ਮਤਲਬ ਉਹ ਕਲਮ ਵੀ ਮੈਨੂੰ ਨਹੀਂ ਲੱਗਦਾ ਕਿ ਉਹੋ ਜਿਹੇ ਸ਼ਬਦ ਮੈਨੂੰ ਕਿਤੋਂ ਦੁਬਾਰਾ ਲੱਭਣਗੇ, ਅਤੇ ਉਹ ਗਾਣੇ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ। ਫਸਲਾਂ ਦੀ ਗੱਲ ਜਦੋਂ ਪਿਆਰ ਕਰਨਾ, ਜਿਸ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ, ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ, ਇੱਕ ਗਾਣਾ ਜ਼ਿੰਦਗੀ ਦੇ ਵਿੱਚ ਮੈਨੂੰ ਲਾਂਭਾ ਆਇਆ ਕਿ ਇੱਕ ਗਾਣਾ ਗਾਇਆ ਬੰਦਾ ਮਾਰਨ ਨੂੰ ਜੀ ਕਰਦਾ। ਮੈਂ ਕਿਹਾ ਵੀ ਮੈਂ ਇੰਨਾ, ਅਸੀਂ ਸਾਡਾ ਜਿਹੜੀ ਟੀਮ ਹੈ ਵੀ ਐਡੀ ਕੱਚੀ ਨਹੀਂ ਹੈ ਵੀ ਏਦਾਂ ਦਾ ਕੁਛ ਕਰ ਜਾਂਗੇ, ਮਹਾਂ ਅੱਗੇ ਗਾਣਾ ਸੁਣ ਕੇ ਦੇਖੋ, ਓਕੇ ਕੱਢ ਕੇ ਦੇ ਇੱਕ ਰਫਲ ਦੇ ਨਾਲ ਹੀ, ਨਾਲੇ ਪੇਟੀ ਰੌਂਦਾ ਵਾਲੀ, ਲਹੂ ਜਿਹਨਾਂ ਨੇ ਪੀਤਾ ਸਾਡਾ ਬਿਨਾਂ ਸੋਧਿਆ ਨਹੀਂ ਸਰਦਾ, ਨਹੀਂ ਅੱਜ ਬੰਦਾ ਬਿਨਾਂ ਸੋਧਿਆ ਨਹੀਂ ਸਰਦਾ, ਇੱਕ ਬੰਦਾ ਮਾਰਨ ਨੂੰ ਜੀ ਕਰਦਾ। ਤੇ ਤੀਜਾ ਹੈ ਇੱਕ ਸਾਧ ਪਖੰਡੀ, ਉਹਦੀ ਵੀ ਨੱਪਣੀ ਕੰਢੀ, ਇੱਕ ਲੰਡੂ ਜਾਸ਼ਕ ਫਿਰਦਾ ਅੱਖ ਵਿੱਚ, ਉਹਦਾ ਵੀ ਕੰਡਾ ਕੱਢਣਾ ਚਿਰਦਾ ਅੱਖ ਵਿੱਚ ਲੜ ਕੇ, ਇੱਕ ਪਟਵਾਰੀ ਜੱਟਾਂ ਤੇ ਜੋ ਮਹਾ। ਇਹ ਗੱਲ ਹਰ ਕੋਈ ਲੇਖਕ ਨਹੀਂ ਕਰ ਸਕਦਾ, ਕੋਈ ਗਾਇਕ ਨਹੀਂ ਗਾ ਸਕਦਾ, ਕਿਉਂਕਿ ਆਪਾਂ ਇੱਕ ਕਿਸੇ ਨੂੰ ਚੈਲੰਜ ਕਰਦੇ ਹਾਂ ਤਾਂ ਬਹੁਤ ਔਖਾ, ਪਰ ਉਹਨਾਂ ਨੇ ਲਿਖਿਆ, ਉਹ ਗਾਣਾ ਹੋਰ ਸੀ, ਵਿੱਚੋਂ ਕਮਾਲ ਦੀਆਂ ਗੱਲਾਂ ਸੀ ਉਹਦੇ, ਤੇ ਉਹ ਮੈਨੂੰ ਲੱਗਦਾ ਗੱਲ ਤੋਂ ਰੂਹਾਂ ਦੀ ਹੋ ਰਹੀ ਹੈ ਤੇ ਗੱਲ ਚੱਲਦੀ ਹੈ ਵੰਡੇ ਹੋਏ ਪੰਜਾਬ ਦੀ। ਹੁਣ ਰੱਬੀ ਜਾਂ ਸਬੱਬੀ ਮੇਲ ਹੋਣਗੇ ਵੀ ਵੰਡੇ ਹੋਏ ਪੰਜਾਬ ਦੀ ਤਰ੍ਹਾਂ, ਗੱਲ ਮੇਲ ਫੀਮੇਲ ਦੀ ਤੇ ਦਰਦ ਪੰਜਾਬ ਦਾ। ਇੱਕ ਜਦੋਂ ਕੇ ਉਹਦੀਆਂ ਲਾਈਨਾਂ ਮੇਰੇ ਹੁਣ ਚੇਤੇ ਨਹੀਂ ਆ, ਹੰਝੂ ਪੰਜਾ ਪਾਣੀਆਂ ਵੀ ਵੱਖ ਜਿਸ ਦਿਨ ਇੱਕ ਦੂਜੇ ਕੋਲੋਂ ਹੋਏ ਹੋਣੇ, ਸਾਡੇ ਵਾਂਗੂ ਹੰਝਾ ਹੰਝੂ ਪੰਜਾ ਪਾਣੀਆਂ ਵੀ ਚੋਏ ਹੋਣੇ, ਲੱਗ ਚੁਗਲਾਂ ਦੇ ਆਖੇ ਦਿਲ ਭੁੰਨ ਤੇ ਵੀ ਭੱਠੀ ਚ ਕਬਾਬ ਦੀ ਤਰ੍ਹਾਂ, ਹੁਣ ਰੱਬੀ ਜਾਂ ਸਬੱਬੀ। ਇਹੀਆਂ ਗੱਲਾਂ ਕਮਾਲ ਦੀਆਂ ਸੀ ਉਹਨਾਂ ਦੀਆਂ ਜੀ, ਸ਼ਾਇਦ ਇਸੇ ਕਰਕੇ ਹੁਣ ਤੱਕ ਮੈਂ ਨਹੀਂ ਕਹਿੰਦਾ ਕਿ ਮੇਰੀ ਗਾਇਕੀ ਨੂੰ ਬਹੁਤ ਮੁਹੱਬਤ ਕਰਦੇ ਹੋ, ਜਾਂ ਮੈਨੂੰ ਲੋਕ ਮਿਲਦੇ ਆ ਜਦੋਂ ਉਹਨਾਂ ਦੀ ਡੈਥ ਹੋਈ ਤੇ ਇੰਨੇ ਇਕੱਠ, ਇੰਨੇ ਸੁਨੇਹੇ,
ਉਹਨਾਂ ਦੀ ਕਲਮ ਨੂੰ ਪਿਆਰ ਕਰਨ ਵਾਲੀ ਵੀ ਸੀ ਮੇਰੀ ਗਾਇਕੀ ਦੇ ਵਿੱਚ। ਬਿਲਕੁਲ ਬਿਲਕੁਲ ਜੇ ਚਾਹੇ ਧਾਰਮਿਕ ਪੱਖ ਹੋਵੇ, ਚਾਹੇ ਕਲਚਰ ਦਾ ਪੱਖ ਹੋਵੇ, ਜਾਂ ਫਿਰ ਪਿਆਰ ਮੁਹੱਬਤ ਦੀ ਗੱਲ ਵੀ ਹੋਵੇ, ਤਾਂ ਉਹਨੂੰ ਬੜੇ ਵੱਡੇ ਲੈਵਲ 'ਤੇ ਉਹਨਾਂ ਦੇ ਗਾਣਿਆਂ ਦੇ ਵਿੱਚ, ਉਹਨਾਂ ਦੇ ਬੋਲਾਂ ਦੇ ਵਿੱਚ ਹੋਇਆ ਕਰਦੀ ਸੀ। ਉਹਨਾਂ ਦੀ ਘਾਟ ਹਮੇਸ਼ਾ ਜਿਹੜੀ ਆ ਉਹ ਰੜਕਦੀ ਰਹਿਣੀ ਹੈ। ਸੋ ਸ਼ੁਰੂਆਤ ਦੇ ਵਿੱਚ ਜੇ ਮੈਂ ਇਹ ਪੁੱਛਾਂ ਕਿ ਬਚਪਨ ਤੁਹਾਡਾ, ਹਰਜੀਤ ਹਰਮਨ ਦਾ ਬਚਪਨ ਕਿੱਥੇ ਬੀਤਿਆ? ਬਚਪਨ ਆਮ ਪਿੰਡਾਂ ਦੇ ਵਿੱਚ ਜੀ, ਮੈਂ ਪ੍ਰਾਇਮਰੀ ਸਕੂਲ ਤੋਂ ਹੀ ਪੜ੍ਹਿਆ ਉੱਥੇ। ਬਸ ਇੱਕ ਸੁਪਨਾ ਇਹ ਜ਼ਰੂਰ ਹੋ ਗਿਆ ਕਿ ਮੈਨੂੰ, ਉਹ ਕਹਿੰਦੇ ਪਰਮਾਤਮਾ ਦਾ ਕੋਈ ਨਾ ਕੋਈ ਹੁੰਦਾ ਹੈ ਵੀ ਉਹ ਤੁਹਾਡੀ ਜਿਹੜੀ ਚੇਟਕ ਉਸ ਕੰਮ ਵੱਲ ਨੂੰ ਜ਼ਰੂਰ ਲੱਗ ਜਾਂਦੀ ਹੈ। ਚਾਹੇ ਉਹ ਜਿਹਨੇ ਲੀਡਰ ਬਣਨਾ ਉਹ ਮਨੀਟਰ ਬਣਨਾ ਸ਼ੁਰੂ ਕਰ ਦਿੰਦਾ ਕਲਾਸ 'ਚ, ਉਹ ਕੁਛ ਨਾ ਕੁਛ ਕਿਰਿਆਵਾਂ ਪੈਦਾ ਹੋ ਜਾਂਦੀਆਂ ਜਿਸ ਵੀ ਫੀਲਡ ਦੇ ਵਿੱਚ ਬੰਦੇ ਦਾ। ਮੇਰੇ 'ਚ ਪਤਾ ਨਹੀਂ ਕਿਉਂ ਮੈਂ ਥਰਡ ਕਲਾਸ ਤੀਜੀ ਦੇ ਵਿੱਚੋਂ ਉਹ ਮੈਨੂੰ ਕਿਹਾ ਕਰਨ ਕਿ ਗਾਇਆ ਗਾ ਕੇ ਦਿਖਾ, ਮੈਂ ਗਾਉਣ ਲੱਗ ਜਾਂਦਾ। ਓਕੇ, ਹਾਂ ਫਿਰ ਜਦੋਂ ਮੈਨੂੰ ਰੋਜ਼ ਲੱਗੇ ਟੀਚਰ ਵੀ ਸੁਣਾ ਗਾਣਾ, ਤਾਂ ਮੈਨੂੰ ਲੱਗਣ ਲੱਗਿਆ ਮੈਂ ਗਾਉਣ ਵਾਲਾ ਵੀ, ਇੱਕ ਮੇਰੀ ਪਹਿਚਾਣ ਹੈ ਸਕੂਲ ਦੇ ਵਿੱਚ ਕਲਾਕਾਰ ਦੀ। ਫਿਰ ਅੱਗੇ ਹਾਈ ਸਕੂਲ ਗਿਆ, ਉੱਥੇ ਵੀ ਮੈਂ ਗਾਉਂਦਾ ਰਿਹਾ, ਅਤੇ ਬਸ ਉਹੀ ਮੇਰਾ ਜਿਹੜਾ ਸ਼ੌਕ ਸੀ। ਅੱਗੇ ਪ੍ਰਗਟੂਰੀ ਮਿਲ ਗਏ ਅਤੇ ਮੈਨੂੰ ਇੱਕ ਰਾਹ ਮਿਲ ਗਿਆ ਆਪਣੇ ਗਾਣੇ ਰਿਲੀਜ਼ ਕਰਨ ਦਾ, ਉਹਨਾਂ ਦੀ ਸਹਾਇਤਾ ਦੇ ਨਾਲ ਗਾਣੇ ਮਿਲ ਗਏ। ਅਤੇ ਬਾਕੀ ਪਰਮਾਤਮਾ ਦਾ ਕਹਿੰਦੇ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇ, ਫਿਰ ਸਾਨੂੰ ਪਰਮਾਤਮਾ ਨੇ ਵੜਿਆਈਆਂ ਵੀ ਦਿੱਤੀਆਂ ਕਿ ਸਾਡੇ ਗਾਣੇ ਵੀ ਹਿੱਟ ਹੋ ਗਏ। ਬਿਲਕੁਲ, ਵੈਸੇ ਤਾਂ ਸਾਡੇ ਸਾਰੇ ਦਰਸ਼ਕ ਤੇ ਅਸੀਂ ਵੀ ਜਾਣਦੇ ਹਾਂ ਕਿ ਕਿਵੇਂ ਤੁਸੀਂ ਸ਼ੁਰੂਆਤ ਕੀਤੀ, ਕਿਹੜੇ ਕਿਹੜੇ ਗੀਤ ਤੁਹਾਡੇ ਹਿੱਟ ਹੋਏ, ਪਰ ਉਹ ਪਹਿਲਾ ਗੀਤ ਜਿਹਦੇ ਨਾਲ ਤੁਹਾਨੂੰ ਲੱਗਿਆ ਕਿ ਹਾਂ ਅੱਜ ਤੋਂ ਹਰਜੀਤ ਹਰਮਨ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਬਣ ਚੁੱਕਾ, ਦੁਨੀਆ ਦੇ ਵਿੱਚ ਜਾਣ ਵਾਲਾ। ਉਹ ਤੋਂ ਪਹਿਲਾਂ ਮੇਰੇ ਕਾਫੀ ਗਾਣੇ ਰਿਲੀਜ਼ ਹੋ ਚੁੱਕੇ ਸੀ, ਵੀ ਮੈਂ ਕੱਤ ਦੀ 53 'ਚ ਚਰਖਾ ਉੱਤੇ ਤੇਰਾ ਨਾਂ ਲਿਖ ਕੇ ਇੱਕ ਮੇਰੀ ਤਾਂ, ਪਰ ਨਾਂ ਬਣਿਆ ਮੇਰਾ ਜਿੱਥੋਂ ਮਰਜ਼ੀ ਵੰਗਾ ਚੜ੍ਹਵਾ ਦੀ ਮਿੱਤਰਾਂ ਦਾ ਨਾਂ ਚੱਲਦਾ। ਫਿਰ ਮੈਨੂੰ ਫੋਨ ਆਉਣ ਲੱਗੇ ਅਮੈਰੀਕਾ ਤੋਂ ਪ੍ਰਮੋਟਰਸ ਦੇ, ਇੰਗਲੈਂਡ ਕਿੱਥੋਂ ਕਿੱਥੋਂ, ਵੀ ਇੱਥੇ ਵੀ ਮੈਂ ਉਸ ਗਾਣੇ ਤੋਂ ਵਧੇ ਆਇਆ। ਉਹ ਮੇਰੇ ਲਈ ਬੜੀ ਖੁਸ਼ੀ ਦੀ, ਮਨ ਨੂੰ ਸਕੂਨ ਮਿਲਦਾ। ਕੋਈ ਨਾਨਕ ਸਿੱਖ ਸਕੂਲ ਜਿਹੜਾ ਹੇਜ਼ ਦੇ ਵਿੱਚ ਬਣਿਆ ਮਹਾਰਾਜਾ ਰਣਜੀਤ ਸਿੰਘ ਦਾ, ਉਦੋਂ ਦੀ ਚੈਰਿਟੀ ਦੇ ਲਈ ਸ਼ੋਅ ਹੁੰਦੇ ਸੀ। ਮੇਰੇ ਯਾਰ ਦੋਸਤ ਨੇ ਸਰਬਜੀਤ ਗਰੇਵਾਲ ਹੋਣੀ, ਉਹਨਾਂ ਦਾ ਫੋਨ ਆਇਆ। ਮੈਂ ਕਿਹਾ ਵੀ ਤੁਸੀਂ ਬੰਦੇ ਦੀ ਗਰੰਟੀ ਦੇ ਦਿਓ ਕੋਈ, ਵੀ ਤੁਹਾਡਾ ਕੰਮ ਚੈਰਿਟੀ ਦਾ ਹੋਣਾ ਚਾਹੀਦਾ, ਤੇ ਅਸੀਂ ਫਰੀ ਆਫ ਕਾਸਟ ਜਿੰਨਾ ਸਾਡਾ ਮਤਲਬ ਹੈ ਅਸੀਂ ਤੁਹਾਡੇ ਲਈ ਤਿਆਰ ਹਾਂ, ਤਿਆਰ ਆ ਕਰਨ ਨੂੰ। ਕਾਫੀ ਆਰਟਿਸਟਾਂ ਨੇ, ਮੈਂ ਇਕੱਲਾ ਨਹੀਂ, ਕਾਫੀ ਨੇ ਉਦੋਂ ਉਸ ਸਮੇਂ ਦੇ ਵਿੱਚ, ਰਾਣੀ ਰਣਦੀਪ, ਰਵਿੰਦਰ ਗਰੇਵਾਲ, ਹੰਸਰਾਜ ਸਾਹਿਬ, ਅਮਰਿੰਦਰ ਗਿੱਲ, ਸਾਰੇ ਜਿਹਨਾਂ ਦਾ ਵੀ ਯੋਗਦਾਨ ਸਾਰੇ ਆਉਂਦੇ ਹੀ ਹੈ। ਅਤੇ ਮੈਂ ਫਿਰ ਉਸ ਗਾਣੇ ਤੋਂ ਬਾਅਦ ਇੱਥੇ, ਮਤਲਬ ਗੱਲ ਕਹਿਣ ਦੀ ਮੇਰੀ ਗਾਇਕੀ ਦੀ ਪੂਰੀ ਨੋਟਿਸ ਦੇ ਵਿੱਚ ਮਿੱਤਰਾਂ ਦਾ ਨਾਂ ਚੱਲਦਾ, ਜਿੱਥੋਂ ਮਰਜ਼ੀ ਉਸ ਦੇ ਨਾਲ ਆਇਆ, ਉਹਦੇ ਨਾਲ ਆਇਆ। ਬਿਲਕੁਲ ਬਿਲਕੁਲ, ਮੁਸ਼ਕਲਾਂ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ, ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਮੁਕਾਮ 'ਤੇ ਪਹੁੰਚਣ ਵਾਸਤੇ? ਇਹ ਪਰਮਾਤਮਾ ਦੀ ਹੈ ਵੀ ਮੁਸ਼ਕਲਾਂ ਜਦ ਤੱਕ ਕੰਮ ਬਣਨ ਲੱਗਦਾ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕੀ ਹੋ ਜਾਂਦਾ ਨਾ। ਆਪਾਂ ਬਹੁਤ ਜ਼ੋਰ ਮੈਂ ਹੁਣ ਲਾਵਾਂ ਕਿ ਮੈਂ ਆਪਣਾ ਗਾਣਾ ਹਿੱਟ ਕਰਨਾ, ਮੈਨੂੰ ਉਹ ਰਾਏ ਵੀ ਬਹੁਤ ਮਿਲੂਗੀ, ਤੂੰ ਇੱਥੇ ਚੱਲ, ਤੂੰ ਇੰਸਟਾਗ੍ਰਾਮ 'ਤੇ ਨੀ। ਮੈਂ ਕਿਹਾ ਵੀ ਮੈਂ ਘੱਟੇ ਐਕਟਿਵ ਦੇ ਉੱਤੇ ਅਸੀਂ ਰਹਿੰਦੇ ਹਾਂ, ਲਾਈਵ ਕਦੇ ਕੋਈ ਕਦੇ ਮੂਡ ਬਣਿਆ ਤਾਂ ਪੋਸਟ ਪਾ ਦਿੱਤੀ, ਅਤੇ ਨਹੀਂ ਨਹੀਂ, ਪਰ ਮੇਰੇ ਗਾਣੇ ਫਿਰ ਵੀ, ਮੈਂ ਜੱਟੀ ਗਾਣਾ ਮੇਰਾ ਹਿੱਟ ਹੋਇਆ, ਮੈਂ ਕੋਈ ਇੰਸਟਾਗ੍ਰਾਮ ਨਾਲ ਨਹੀਂ ਕੀਤਾ, ਹੈ ਨਾ। ਜੱਟ 24 ਕੈਰੇਟ ਦਾ ਮੈਂ ਆਰਾਮ ਨਾਲ ਘਰੇ ਪਿਆ ਬਾਈ ਜੀ ਉਸ ਸਮੇਂ ਦੇ ਵਿੱਚ, ਮੈਨੂੰ ਕੋਈ ਫਿਕਰ ਨਹੀਂ ਵੀ ਗਾਣਾ ਰਿਹਾ, ਸਿੱਧੀ ਸਾਦੀ ਜੱਟੀ, ਮੈਨੂੰ ਇੱਦਾਂ ਹੀ ਪਤਾ ਲੱਗਿਆ, ਕੋਈ ਮੇਰੀ ਬਹੁਤੀ ਮਿਹਨਤ ਨਹੀਂ, ਸਿਰਫ ਗਾਣਾ ਗਾਇਆ ਅਤੇ ਸ਼ੂਟ ਕੀਤਾ, ਮਿੱਤਰਾਂ ਦਾ ਨਾਂ ਚੱਲਦਾ ਵੀ ਇੱਦਾਂ ਹੀ। ਅਤੇ ਚੱਟ 24 ਕੈਰੇਟ ਦਾ ਵੀ ਮੈਂ ਪਹਿਲੀ ਵਾਰ, ਮੈਨੂੰ ਇੱਥੇ ਕਿਸੇ ਨੇ ਮੈਰਿਜ ਫੰਕਸ਼ਨ 'ਤੇ ਬੁਲਾਇਆ, ਮੈਂ ਗਾਣਾ ਕਰਕੇ ਆ ਰਿਹਾ ਸੀ ਜੋਰਜੀਆ ਤੋਂ, ਠੀਕ ਹੈ, ਕਰਕੇ ਆਇਆ ਸੀ। ਮੈਨੂੰ ਨਹੀਂ ਸੀ ਪਤਾ ਵੀ ਇਹ ਗਾਣਾ ਇੱਥੇ ਜਾ ਕੇ, ਕਈ ਵਾਰ ਮੈਂ ਬਹੁਤ ਮਿਹਨਤ ਕਰਦਾ ਉਰੇ ਕੋਈ ਗਾਣਾ ਚਲਾਉਂਦਾ ਨਹੀਂ। ਮੈਨੂੰ, ਮੈਂ ਹੁਣ ਉਹ ਮੁੰਡਿਆਂ ਨੂੰ ਜਦੋਂ ਮਿਲਦਾ ਵੀ ਮੈਂ ਤੁਹਾਨੂੰ ਗਾਣਾ ਸੁਣਾਉਂਦਾ ਸੀ, ਆਪਣਾ ਗਾਣਾ ਕਿੰਨਾ ਹਿੱਟ ਹੋਏ, ਪਰਮਾਤਮਾ ਦਾ ਕੀ ਆ ਮਿਹਨਤ, ਇਹ ਲਾਈਨ ਮੈਨੂੰ ਕਿਤੋਂ ਮਿਲੀ ਨਹੀਂ ਕਿਸੇ ਗ੍ਰੰਥ 'ਚੋਂ, ਕਿ ਟਰੱਕ ਦੇ ਪਿੱਛੇ ਜ਼ਰੂਰ ਪੜ੍ਹਦਾ ਹੁੰਦਾ, ਮਿਹਨਤ ਮੇਰੀ ਰਹਿਮਤ ਰਹਿਮਤ ਤੇਰੀ ਜੀ। ਹਾਂ ਬਿਲਕੁਲ, ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਆ, ਉਹ ਮੈਂ ਕਰਦਾ ਜੀ ਆਪਣੇ ਜਿੰਨਾ ਵੀ ਮੇਰੇ 'ਚ ਹੈ, ਬਾਕੀ ਗਾਣਾ ਚੱਲਣਾ ਨਾ ਚੱਲਣਾ ਉਹ ਮੇਰੇ ਚਾਹੁਣ ਵਾਲਿਆਂ ਦੇ ਹੱਥ ਹੁੰਦੇ ਆ। ਬਿਲਕੁਲ ਬਿਲਕੁਲ ਜੀ, ਆਪਣੇ ਵੱਲੋਂ ਮਿਹਨਤ ਜਿਹੜੀ ਆ ਉਹ ਇਨਸਾਨ ਨੂੰ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਉਹ ਮਾਲਕ ਉਹ ਅਕਾਲ ਪੁਰਖ ਜਿਹੜਾ ਭਾਗ ਲਾਉਂਦਾ ਹੁੰਦਾ। ਸੋ ਅੱਜ ਦੀ ਗਾਇਕੀ ਜਿਹੜੀ ਹੈਗੀ ਆ, ਤੁਹਾਨੂੰ ਪਤਾ ਕਿ ਘਰਾਂ ਘਰਾਂ ਦੇ ਵਿੱਚ ਅੱਜ ਗਾਉਣ ਵਾਲੇ ਮੁੰਡੇ ਜਿਹੜੇ ਪੈਦਾ ਹੋ ਗਏ, ਉਹਨਾਂ ਨੇ ਯੂਟਿਊਬ ਦੇ ਉੱਤੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ, ਗਾਣਾ ਪਾ ਦਿਓ ਹਿੱਟ ਹੋ ਜਾਂਦਾ, ਜਾਂ ਹਿੱਟ ਹੋਣਾ ਚੱਲ ਉਹਨਾਂ ਦੇ ਉੱਤੇ ਆ, ਪਰ ਸੌਖਾ ਹੋ ਗਿਆ। ਅਸਲ ਗਾਇਕੀ ਨੂੰ ਕਿੰਨੀ ਕਿ ਨੇ ਜਿਹੜੀ ਢਾ ਮਾਰੀ ਹੈ? ਢਾ ਨਹੀਂ ਮਾਰੀ ਨੈੱਟ ਨੇ, ਮੈਂ ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਉਹ ਤਾਂ ਪ੍ਰੋਬਲਮ ਹੀ ਬਹੁਤ ਸੀ, ਹੁਣ ਤਾਂ ਬੜਾ ਸੌਖਾ ਕੰਮ ਹੈ। ਆਖਦਾ ਜੇ ਕਿਸੇ ਦੇ ਪੱਲੇ ਗੁਣ ਹੈ, ਟੈਲੈਂਟ ਹੈ, ਗਾਇਕ ਬਣਨਾ ਚਾਹੁੰਦਾ, ਤਾਂ ਇੱਕ ਗਾਣਾ ਜੀ ਤੁਸੀਂ ਉਹਦਾ ਮਿਊਜ਼ਿਕ ਲਾ ਲਓ, ਚਲੋ ਜੋ ਵੀ ਤੁਸੀਂ ਚਾਹੁੰਦੇ ਹੋ ਵੀ ਮੈਂ ਇਹ ਕਰਨਾ ਚਾਹੇ, ਤਾਂ ਕੋਈ ਲਿਮਿਟ ਨਹੀਂ, ਮੈਂ 1,00,000 ਰੁਪਏ ਦਾ ਕਿ ਮਿਊਜ਼ਿਕ ਵਧੀਆ ਅੱਛਾ ਬਣ ਜਾਂਦਾ, ਘੱਟ ਵੀ ਬਣ ਜਾਂਦਾ, ਪਰ ਚਲੋ ਮੈਂ ਉਸ ਤੋਂ ਲਾਉਣਾ, ਉਹ ਗਾਣਾ ਸ਼ੂਟ ਕਰ ਲਓ, 2,00,000 ਲਾ ਲਓ, 2.5 ਲਾ ਲਓ, 3, ਬਾਕੀ ਥੋੜੀ ਹਿੰਮਤ ਹੈ ਚਾਹੇ ਕਿਤੇ ਟਿਕਟਾਂ ਲੈ ਕੇ ਇੰਗਲੈਂਡ 'ਚ ਆ ਜਾਓ, 50 ਲਾ ਲਓ, ਮਤਲਬ ਸ਼ੁਰੂਆਤੀ 2-3 ਲੱਖ ਰੁਪਇਆ 3-4 ਤੁਹਾਡੇ ਕੋਲ ਹੈ, ਤਾਂ ਤੁਸੀਂ ਗਾਣਾ ਆਪਣਾ ਸ਼ੂਟ ਕਰਕੇ ਟੀਵੀ 'ਤੇ ਆ ਸਕਦੇ।
एक रोमांटिक एक साहित्यक गाना जो असी अपने अपने हिसाब नाल उसनू करते रहे ते किते असी फलाना गाना पाके मतलब एक पूरा पैकेज बनाउणा अठ गाने दा भी बंदा बोर ना होवे जदों असी गाने अपने चलाउणे आ तां सुणन वाले नूं लगे भी यार आ गाना भी वधिया दूजा ती फिर गाना हिट हुंदा सी उहदे विच गाने गाउण अपने च चैलेंज उह सी ते तीजा मैटर इकट्ठा करना चौथा कंपनी दीआं मिन्नतां करनीआं क्योंकि उहनां च जिन्ना चिर तुसीं अपने आप नूं सिद्ध नहीं करते उन्ना चर कोई कंपनी भी थोड़ू हथ नहीं भी लख रुपया ला के लोग घर भी बैठे रहे एक दो दो कट के हूँ सौखा है हूँ नवे मुंडिया बहुत सौखा है जी 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 पर एक गल जी है कि अज जो सौखा हो गया हाँ जी उदे नाल फिर जी ढाल लाने वाली गल मैं इस करके की कि अश्लीलता परोसी जा रही है जी हथियारी गाने परोसे जा रहे हैं उस तो बाद नशे की ज्यादा गल होती है जिम्मे हूँ थोड़ी गायकी है चाहे प्यार मुहब्बत की भी गल है पर साफ सुथरी है एक कल्चर परिवार के बैठ के बजुर्ग तो लैके बच्चे तक वो जो गायक जो गीत ने वो सुन सकते हैं पर अच्छे यहोजे गाने यहोजा सारा कुछ जेकर सौखी हो गई है तो वो सारा कुछ भी तो आ गया बिचुले आ गया बिल्कुल मैं जैलसी नहीं करता क्यों गाने मेरे भी चल जाते मेरे तो बाद चल गए मेरे उस्ताद लोग जिन्होंने मैं मिलने तरसदा हों कलाकार अज मैं मिलदा हर एक का वक्त हों आता मतलब रहा पर जो गाने ने मैं इस करके नहीं किसी की निंदा नहीं करता बहुत अच्छा आवाज है मुंडिया की टैलेंट बहुत है म्यूजिक पक्षों हर पक्षों पर कुछ गाने है जो कि सानू भी इदा लगता भी जिदा असं किसी चीज़ की एड करते हों कपड़िया हूँ मेरे की है मैं पाई बैठा की पाई बैठा ये तलका तो थोड़ा की है बंदा वो विचार तो उदे गुणा तो पछाने जाता ना कि पहरावे तो पर अज की साड़ी जनरेशन यह है भी पहला देख जाए भी गड्डी कि कलाकार को है गड्डिया भी रखनिया पैदा सारा कुछ फिर दसना पैंदा भी की पाउंदा की ना यह बहुत वड्डी समाज दी इह सानू ग्रंथां दे विच भी बाबे ने भी यही सिखाया सी कि चीज़ां चों निकलीए लोक परे तो परे बैठे ना मैं वड्डा बन सकदा ते जिहड़ा वड्डा कहूंदा उदू वड्डे फिर आ जांदे आ बिल्कुल इह आ ते पंजाब बहुत संताप भोगिया बहुत माड़े दौर दे विचों कई बार लंघिया मैं अक्सर मेरी एड्डी सोझी तां नहीं पर मेरे मैं पढ़ता रहा सब तो पहला साड़ी जनरेशन पंजाब वंडे अपना कट्ठे हुए आजादी की आजादी तो बाद नक्सलाइट मूवमेंट चली पंजाब की जिहड़ी पीढ़ी सी उहदे विच खत्म हुई फिर 20 साल का 10-20 साल का गैप पिया मुंडिया नूं नहीं पता फिर खाड़कू बाद दे दौर च साड़ी जनरेशन गई ते तीजी जनरेशन साड़ी फिर 1992 दा इहनां नूं पता ही नहीं भी उदों की हालात सी क्योंकि उह 26-26 साल दे 19 हो गया 19 ते 5 होर जुड़दे 24 साल वाले नूं कुछ नहीं पता भी की होया सी ते उन्होंने फिर अपना यह बाबे की कृपा कि जोश है साडी कौम च पर सीधे पासे नहीं लगता बिल्कुल बिल्कुल हुण पुठे पासे है कोई कहिंदा इधर गैंगस्टर बन गया यह भी सुनते हैं जट ऐ कर दू या कर दू जट ये कर दू पर असीं भी गाने जट्टां दे गाउंदे आ पर जिहड़ा ज्यादा ही असलीयत तो परे गाना है उह सा हजम मेरे तां ना थोड़े होवे उहे जे करैक्टर ना मैनूं किते पंजाब च लब्भे ने ना मैनूं यूके च लब्भे ने उह गाणिआं च ने बिल्कुल नशे पत्तियां दीआं आदतां अज तो आप डरते अपने बच्चों तो डरते हैं कई ने तो बच्चे अपने बाहर इस करके तौर पर मैं अमृतसर वाल जाना मेरा इंटरस्ट बड़ा होंगे भाई है ना मैं पुछता रहना भी इदा है असी पिछे फिल्म शूट की पिंड तूंबड़ भन मोगे के कोल मेरे ख्याल तो दो मुंडे शूट करते करते गाना टीका इंजैक्शन चिट्टा चुट्टा तो बेचारे मिलता नहीं हूँ चिट्टा आप कह लें चिट्टा नहीं हूँ तो वह बदल उन्होंने कुछ ना कुछ होर दिता जाता वह भी नहीं मिलता उत्थे दो की डैथ हुई तो शरेआम सुन चाया भी कोई बिकी बुकी जाता उत्थे लैन वाले तो लै लेंगे तो यह बहुत माड़ा दौरा चलो गायकी भी आप ठीक कर लाँगे कुछ ना कुछ करा तो पर एक गल मैं कई काफ़ी सुनता सियाने लोगों तो कि जनरेशन का पता लगता की सुनती है कि तुहाडी एक जनरेशन किधर नूं जा रही है वह गाने सुनने तो रंग ढंग तो पता लग जाता यह साडे पंजाब लई माड़ा दौर चल रहा बिल्कुल सो तुसीं इस गल नूं मानदे हो कि जो अज की गायकी हैगी उन्होंने नौजवानी ते असर पाया क्योंकि हुण आपां इह गल कहने आ कि गुरु हरगोबिंद साहिब जदों अकाल तख्त तों ढाडी वारां सुना के ते जंग नूं भेजदे हुंदे सी सिंघां नूं सो एक जोश भरन वास्ते सी ते अज दी गायकी भी आपां कह लईए गायकी शुरू तों भी कह लईए नौजवानां नूं सही सेध देण वास्ते सी ना कि अज जिवें दे गाने आ गए सो जिवें तुसीं कीता ब्रांडां दी गल हुण उह आपणे बापू कोलों ब्रांड मंगदा पर बापू इन्ने जोगा हुंदा नहीं फिर इस तरह करजाई होणा उस तों बाद टीकियां दी जिहड़े आपणे चिट्टे दी गल सो इह सारा कुछ इस वेले खराब कर रिहा बिल्कुल भाई जी पंजाब च गुजारा करना बहुत अगर लखा रुपये कमाने सब तो भी कई बार औखा लगता है सानू भी हालांकि सोची तो भी चल कोई नहीं तो ब्रांड तो जो गिने नहीं जाने इन्होंने पंजाब आया ने फॉरन अजे तो बहुत पे ने जेडे कि उत्थे तक अजे आने वाले ने फिर वो भी नहीं लगता कि
ब्रांड नाल जिदा कोई वह हों हों मैं आप कहना जिदा कि आप कोई ऐड करते होंगे बाकी सुनते हैं जनरेशन है साड़ी सुन रही है मुंडे गाँवते वधिया मैं निंदा नहीं करता किसी की पर मैनू भी नहीं ये चंगा लगता कितने कितने गाना बहुत अच्छे गाने भी आते अच्छा मार्केट के वह भी असं सुनते हैं बिल्कुल बिल्कुल हूँ जिम्मे आम गल करते हैं थोड़े गाने की गल करते हैं जे योजे चोणवे जोड़े होर गाने वाले है उन्होंने गाने जो अज भी चल रहे प्यार कर रहे हैं यही कि वो जनरेशन गैप जो आप कही कि सारे अश्लील अश्लील वाले पास हो गए नहीं 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 सारे नहीं ना जी असं हूँ यूके चाहते हैं कितने जाने आस्ट्रेलिया साढ़े मुंडे आ फोन आते हैं सानू हूँ वो गैप तो यही गल सुन वाले वो तो हमेशा चंग चंगई तो नहीं खत्म होंगी वो तो रहनी रहनी है बिल्कुल बिल्कुल वो तो गुरदास मान साहब ने गाया कहते हूँ सुनते हैं नाले पैसे सब तो वह मैं खा लेंगे हूँ लोग देंगे सब पे करते हैं सानू देंगे साढ़े भी गाने मेरा मेरा तो 2 साल हो गए 3 मैं गाने ही नहीं किया कि मैं गाना बंद करता मैंने फिर फोन आते बाई जी तुम बड़े लेट हो मैं नहीं साडा थोड़ा जा कोई ना कोई प्रॉब्लम है ना मैं एक फिल्म की गाने गुने करते रहे कुछ फिर साडा पलक टूरा किए जट 24 कैट का तो उस तो बाद गाने पे शूट करके रखे पे पलक टूरा तो इदा फिर उन्होंने फिर मेरा दिल नहीं किया पर नहीं वधिया गाने है करा तो बाकी प्यार देना हथ है पर गाने करते रहेंगे एक सवाल ये ही रिलेटड हैगा कि तुम भी पंजाब तो बिलोंग करते हो मैं भी असं विदेश की धरती के उत्ते बैठे हुए हैं पंजाब के जो हालात ने चाहे बेरोजगारी नशा या होर जिहड़ियां भी एनवायरमेंट नूं मारां पै रही उहदे लई जिम्मेवार किहनूं मानदे जिम्मेवारी साडे पंजाबी खुद बहुत ने असीं कई बार लड़न की कोशिश की असीं वो कहिंदे फलानी पार्टी नाल संबंध रखदा जे तुसीं जाओगे बदनाम करना तो सौखा मैनूं कह दिओ कि चैनल नाल संबंध रखदा हर बंदा थोड़े टीवी नाल बैठा उहनां दी गल्लां करदा इहदे विच कोई दम नहीं साडे पंजाबी जिन्होंने आम आदमी को वोटा पाइया इन 20 सीटा दिखा वह बेचारे क्ढने चाहते होने विदेशों तो पैसा गया क्ढने चाहते सी पर फिर भी कितने ना कि जाके साड़ी क्रांति सही निशाने ते नहीं पहुँचती वह तो कह चाहते हैं लोग उत्थों के पंजाबी भी असं बदल दीए पर कुछ वक्याऊ लोग ने वह बिक जाते कहते आप 500 ग्राम इतने पा लो 500 इधर पा लो 100 ग्राम का पट्टा जिधर सुट्टा वह अपने हाफ में जो आप लिया चाहते वह खराब हो जाता है वोटा बेच देंगे लीडर घरे आोगते आ फिर यह समझते कि साडा तो सीधी जी साझ है हरमन की मित्रा का ना चलता फलाना सिंह जानता पर यह नहीं सोचते कि किसी लीडर ने कोई पैसा दिता करे थोड़े वह तो होना ही पैना हूँ मैं भी सब से जाना हूं जो प्रोग्राम लाना कहते मिलोगे जी महाई जो मीट एंड ग्रीट जो तुम मेरा प्रोग्राम करना मैं सारे मिलूंगा मेरा प्रोफेशन हो गया उत्थे दी राजनीति वाला का प्रोफेशन है बिल्कुल असं समझ लें कि साडे खाली चाचे दे मुंडे ने बाद च कम करा के दिखाओ 5 साल च फिर पैसे लैके कम हुंदा टीचर की बदली कदे किते कीती जांदी आ फिर उन्हूं आप दे स्टेशन ते लिआंदा जांदा ओह रुपये का बिल्कुल नाले एहसान भी हरमन बहुत वधिया कम करा तां पैसा पता नहीं मैनूं इहदा किवें निकलू किवें ना पर इह नहीं बदलाओ मारने की कोशिश दे विच है पंजाब दी जनता हिंदुस्तान दी है बल्कि फिर धर्मां दे नाते इन्हां ने लड़ाते फिर जात पात दे नाते लड़ाई फिर कित्थे कित्थे एक सिंगर नूं गाल कर दिओ मैं उह च आ जांदा एक जात पात दे बंदे नूं गाल कर दिओ जात बन गई फिर अपनी कौम धर्म दी कढ दिओ उह वंडी फिर हिंदुस्तानी नूं कढ दिओ तां हिंदुस्तान वंडिया गया क्या क्या इह तां वंडी बाबा नानक पता नहीं बहुत सिखाउण दी कोशिश कीती हुण मेरे कोले तां इन्ना है नहीं वी पर मेरे विचार ने कि भरा बहुत अच्छे भी ने ट्राई कर रहे आ कि बदलाओ आ पर देखदे आ कि सिस्टम है किदां चलदा पर गुजारा औखा है ये पता लगता कि सारी मुंडे नौजवान है जो फॉरन च जी जा रहे हैं खुद भी चाहिए असं भी मतलब ट्राई करते रहने कि बच्चे उत्थे ना रह कि बाहर जा आ जाना चले भी गए साडे पिंडां चों बेचारे मुंडे चले गए हौली हौली मूव हुई जांदे बिल्कुल यही कारण है क्योंकि हालात यहोजे बना दिते गए जां बन रहे इस वेले कि सारे कैनेडा आस्ट्रेलिया वल नूं मूव हो रहे जां यूके वल नूं मूव हो रहे हां पर मेरी इक जदों मैं गाउणा जरूर कहिंदा कि इह पंजाब जिहड़ा इत्थे वसिया होया अमेरिका कैनेडा भी इहनूं उहदे वर्गा ना बनण दिओ बिल्कुल इहनूं जरूर ठीक रखो जी 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 उहनूं छड्ड के लोक इधर नवां वसाउण दी इत्थे अधिकार मिलदा सारिआं नूं कल मुंडा सी मेरे नाल कहिंदा नवां मेरे नाल आया सी ओके उह कहिंदा यार गड्डी खड़ी आ पार्किंग वाली फलाने लीडर नाल पिट लग जाए काटी वाली ती लावां बिल्कुल जी बिल्कुल अंतर हैगा जी जे आपां इह कहीए कि अपनी सोच इह बण जाए बिल्कुल अणख आपदे पल्ले रखो ते होर बहुत ढंग ने दिखाउण दे हां असला चकना कि बंदे मजलूम ते कोई धक्का हुंदा होवे असीं उह चक नहीं सकदे सड़क ते मरीज
ਕੋਈ ਸਾਈਕਲ ਤੇ ਡਿੱਗਿਆ ਪਵੇ ਉੱਥੇ ਤੁਸੀਂ ਹੈਲਪ ਨਹੀਂ ਕਰ ਸਕਦੇ ਆਪਣੀ ਗੱਡੀ ਖੜਾ ਕੇ ਹੈਂਜੀ ਹਥਿਆਰ ਚਲਾਓ ਜਦੋਂ ਕਿਸੇ ਬੰਦੇ ਤੇ ਧੱਕਾ ਹੁੰਦਾ ਦੀ ਮਦਦ ਕਰੋ ਉੱਥੇ ਹਥਿਆਰ ਨਹੀਂ ਚੱਲਦਾ ਵੈਸੇ ਰੱਖੀ ਦੇ ਦੋ ਨੇ ਹਰੇਕ ਕੋਲ ਹੀ ਨੇ ਅੱਜ ਕੱਲ੍ਹ ਚਾਹੇ ਸ਼ਰੀਫ ਹੈ ਚਾਹੇ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਰੱਖੀ ਸਾਰਾ ਪਹਿਲਾਂ ਦਿਖਾਉਣਾ ਚਲਾਓ ਜਿੱਥੇ ਕਿਸੇ ਤੇ ਧੱਕਾ ਹੁੰਦਾ ਬਾਬੇ ਨੇ ਵੀ ਕਿਹਾ ਉੱਥੇ ਮਦਦ ਕਰੋ ਨਾ ਅੱਧਾ ਪੰਜਾਬ ਸੁਖੀ ਹੋ ਜੇ ਬਿਲਕੁਲ ਬਿਲਕੁਲ ਭਾਜੀ ਲੋਕ ਸਭਾ ਚੋਣਾਂ ਆ ਗਈਆਂ ਸਿਰ ਤੇ 19 ਮਈ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਬਿਲਕੁਲ ਜੀ ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਦੀ ਜਨਤਾ ਨੂੰ ਕਿਉਂਕਿ ਹਰ ਵਾਰ ਹੁੰਦਾ ਇਸੇ ਤਰ੍ਹਾਂ ਆਪਾਂ ਪਹਿਲਾਂ ਗੱਲ ਵੀ ਕੀਤੀ ਜੱਟ ਸਾਲ ਬਾਅਦ ਫਸਲ ਕੱਟ ਲੈਂਦਾ ਇਹ ਹੁਣ ਸਾਡੇ ਲੀਡਰਾਂ ਦੀ ਫਸਲ ਆ ਗਈ ਜੀ ਹੁਣ ਉਹਨਾਂ ਨੇ ਵਿਚਾਰਿਆਂ ਨੇ ਕੱਟ ਲੈਣੀ ਆ ਗਏ ਚੜ੍ਹ ਕੇ ਤੇ ਹੁਣ ਬੇਵਕੂਫ ਸਾਡੀ ਜਨਤਾ ਹੋਊਗੀ ਕਿਉਂਕਿ ਗੱਲ ਆਪਣੇ ਤੋਂ ਸ਼ੁਰੂ ਕਰਨੀ ਹੈ ਤੇ ਮੈਂ ਕਹਿੰਦਾ ਕਿ ਬੰਦੇ ਨੂੰ ਦੇਖੋ ਉਹਦੀਆਂ ਗੱਲਾਂ ਤੇ ਨਾ ਜਾਓ ਜੀ ਬੰਦਾ ਦੇਖ ਕੇ ਵੋਟ ਪਾਓ ਤੁਸੀਂ ਇਹ ਤਾਂ ਤੁਹਾਨੂੰ ਇੰਨਾ ਕੁ ਤਾਂ ਘੱਟੋ ਘੱਟ ਮੈਂ ਸਿਆਣਾ ਮੈਨੂੰ ਯੂਕੇ 'ਚ ਪਤਾ ਮੈਂ ਕਿੱਥੇ ਬੈਠਾਂ ਕਿੱਥੇ ਨਹੀਂ ਤਾਂ ਤੁਸੀਂ ਵੀ ਸਿਆਣੇ ਸਾਡੇ ਵੋਟਰ ਵੀ ਸਿਆਣੇ ਤਾਂ ਹੈ ਇੰਨੇ ਕੁ ਨਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਜੀ ਤੁਸੀਂ ਆਪਣੇ ਲਈ ਨਹੀਂ ਕਰੋਗੇ ਤੁਸੀਂ ਜਨਰੇਸ਼ਨ ਆਪਣੇ ਲਈ ਕਰੋਗੇ ਚਲੋ ਠੀਕ ਹੈ ਪੈਸੇ ਵਾਲੇ ਤਾਂ ਬਾਹਰ ਵਗ ਜਾਣਗੇ ਮਰਨਾ ਆਖਰ ਨੂੰ ਫਿਰ ਉੱਥੇ ਗਰੀਬਾਂ ਨੇ ਕਿੰਨੇ ਪੈਸੇ ਦੇ ਕੇ ਤੁਸੀਂ ਬਾਹਰ ਨਹੀਂ ਤੋਰ ਸਕਦੇ ਲੱਖਾਂ ਰੁਪਏ ਲੱਗਦੇ ਆ ਬਾਹਰ ਜਾਣ ਦੇ ਵੀ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਬੰਦਾ ਦੇਖੋ ਚੰਗਾ ਬੰਦਾ ਚੰਗੀ ਪਾਰਟੀ ਜੋ ਵੀ ਆ ਮੈਂ ਨਹੀਂ ਇੰਨਾ ਤਾਂ ਜਾਂਦਾ ਲੰਘਾਈ 'ਚ ਚੰਗੇ ਬੰਦੇ ਨੂੰ ਵੋਟ ਪਾਓ ਜਿਹੜਾ ਤੁਹਾਡੇ ਦੁੱਖ ਦਰਦ ਦੇ ਵਿੱਚ ਤੁਹਾਨੂੰ ਮਦਦ ਕਰੀ ਆ ਹਜੇ ਤੱਕ ਤਾਂ ਕੀਤੀ ਨਹੀਂ ਹੋਣੀ ਇੰਨੇ ਕੁ ਸਾਲਾਂ 'ਚ 35 ਕੁ ਤਾਂ ਮੈਨੂੰ ਵੀ ਦੇਖਦੇ ਨੇ ਪਰ ਤੁਸੀਂ ਜੇ ਕੋਈ ਲੱਗਦਾ ਆਸ ਚੰਗੇ ਬੰਦੇ ਨੂੰ ਚੰਗੇ ਨੂੰ ਵੋਟ ਪਾਓ ਹਮੇਸ਼ਾ ਹਮੇਸ਼ਾ ਇਹ ਸੋਚ ਹੋਣੀ ਚਾਹੀਦੀ ਹੈ ਕਿਉਂਕਿ ਵੋਟ ਇੱਕ ਇਹੋ ਜਿਹਾ ਅਧਿਕਾਰ ਤੁਹਾਨੂੰ ਮਿਲਿਆ ਹੋਇਆ ਜਿਹਦੇ ਨਾਲ ਤੁਸੀਂ ਪਾਸਾ ਪਲਟ ਸਕਦੇ ਹੋ ਇੱਕਦਮ ਜਿਹੜਾ ਬਦਲਾਅ ਲਿਆ ਸਕਦੇ ਹੋ ਪਰ ਅਸਲ ਵਿੱਚ ਹੁੰਦਾ ਕੀ ਹੈ ਅਸੀਂ 5 ਸਾਲ ਤਾਂ ਰੋਲਾ ਬਹੁਤ ਪਾਉਂਦੇ ਹਾਂ ਸਕਰੀਨਾਂ ਦੇ ਉੱਤੇ ਪਰ ਅਖੀਰ ਦੇ ਵਿੱਚ ਜਾ ਕੇ ਅਸੀਂ ਫਿਰ ਆਪਣੀ ਵੋਟ ਜਿਹੜੀ ਹੈ ਉਹ ਵੇਚ ਦਿੰਦੇ ਹੁੰਦੇ ਹਾਂ ਵੇਚ ਦਿੰਦੇ ਸੋ ਐਸਾ ਹੀ ਹੁੰਦਾ ਆ ਤੁਹਾਡੀ ਫਿਲਮ ਆਈ ਸੀ ਕੁੜਮਾਈਆਂ ਜੀ ਭਾਈ ਤੇ ਹੁਣ ਉਸ ਤੋਂ ਬਾਅਦ ਫਿਊਚਰ ਦੇ ਵਿੱਚ ਤੁਹਾਡੇ ਕੀ ਪਲਾਨ ਹੈਗੇ ਕੋਈ ਫਿਲਮ ਕੋਈ ਕੈਸ ਫਿਲਮ ਵੈਸੇ ਮੇਰਾ ਕੋਈ ਸ਼ੌਕ ਨਹੀਂ ਸੀ ਮੈਨੂੰ ਕਾਫੀ ਟਾਈਮ ਤੋਂ ਪੁੱਛਦੇ ਹੁੰਦੇ ਸੀ ਪੱਤਰਕਾਰ ਵੀ ਪੁੱਠੇ ਹੁੰਦੇ ਆ ਸਾਰੇ ਜਿਹੜਾ ਫਿਲਮ ਬਣਾ ਲਏ ਤਾਂ ਪੁੱਛਦੇ ਜੇ ਨਾ ਬਣਾਵੇ ਹਰਮਨ ਜੀ ਬਾਕੀ ਸਾਰੇ ਆ ਗਏ ਕਿਉਂ ਨਹੀਂ ਬਣੇ ਉਹ ਚਲੋ ਉਹ ਤਾਂ ਨਿੱਜੀ ਜ਼ਿੰਦਗੀ ਮੈਂ ਫਿਰ ਜਵਾਬ ਦਿੰਦਾ ਸੀ ਕਿ ਮੁਹੰਮਦ ਰਫੀ ਸਾਹਿਬ ਸਿਰਫ ਸਿੰਗਰ ਰਹੇ ਨੇ ਲਤਾ ਜੀ ਨੇ ਗਾਇਆ ਉਹ ਹੀਰੋਇਨ ਤਾਂ ਨਹੀਂ ਆਏ ਉਹ ਸਿੰਗਰ ਹੀ ਹੈ ਸਾਡਾ ਕੰਮ ਹੈ ਗਾਉਣਾ ਅਸੀਂ ਆਪਣਾ ਜਿਹਾ ਜਿਹਾ ਬਾਬੇ ਦੀ ਕਿਰਪਾ ਨਾਲ ਸੂਝ ਹੈ ਉਹ ਜਿਹਾ ਟਰਾਈ ਕਰਾਂਗੇ ਜਿਹੜਾ ਮੇਰੇ ਚਾਹੁਣ ਵਾਲਿਆਂ ਨੂੰ ਪਸੰਦ ਆਉਂਦਾ ਰਹੇ ਕੋਈ ਚੰਗਾ ਗਾਉਣ ਦੀ ਜੋ ਵੀ ਹੈ ਚੰਗਾ ਤਾਂ ਬਾਬੇ ਨੇ ਗਵਾਉਣਾ ਤੇ ਫਿਲਮ ਹਾਂਜੀ ਉਹਨੂੰ ਬੜਾ ਪਿਆਰ ਮਿਲਿਆ ਮੈਨੂੰ ਗੁਰਮੀਤ ਸਾਜ ਨੂੰ ਵੀ ਬੜੇ ਅੱਛੇ ਅੱਜ ਕੱਲ੍ਹ ਪੰਜਾਬੀ ਸਿਨੇਮੇ ਦੇ ਕਮੇਡੀ ਸਿਤਾਰੇ ਨੇ ਅਤੇ ਚੰਗਾ ਪੰਜਾਬੀ ਥੀਏਟਰ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਉਹ ਆ ਗਏ ਮੇਰੇ ਕੋਲ ਵੀ ਹਰਮਨ ਅਸੀਂ ਫਿਲਮ ਬਣਾਉਣੀ ਆ ਸਟੋਰੀ ਸਾਡੀ ਬਹੁਤ ਵਧੀਆ ਠੀਕ ਹੈ ਤੇ ਇਹ ਕਰ ਲਓ ਆਹ ਕਰ ਲਓ ਵੀ ਤੂੰ ਹਾਂ ਕਰਦੇ ਵੀ ਚਲੋ ਉਹਦੇ ਵਿੱਚ ਹਰਜ ਵੀ ਕੁਛ ਨਹੀਂ ਹੁੰਦਾ ਜੇ ਐਕਟਿੰਗ ਕਰ ਲਓਗੇ ਤੁਸੀਂ ਕੋਈ ਚੱਕਰ ਮੈਂ ਕਿਹਾ ਚਲੋ ਵਧੀਆ ਬੰਦੇ ਆ ਆਪਾਂ ਲੈਂਦੇ ਹਾਂ ਵੀ ਕਿੱਦਾਂ ਐਕਟਿੰਗ ਹੁੰਦੀ ਹੈ ਇਹੀ ਤਜ਼ਰਬਾ ਲੈ ਲਈਏ ਵੀ ਉਹਨਾਂ ਨੇ ਬਹੁਤ ਵਧੀਆ ਮਤਲਬ ਮੇਰੀ ਸੋਚ ਤੋਂ ਮੈਂ ਤਾਂ ਬਹੁਤ ਹੀ ਦੇਖੀ ਨਹੀਂ ਮੈਂ ਥੀਏਟਰ 'ਚ ਦੇਖੀ ਅਤੇ ਮੈਨੂੰ ਬੜੀ ਜਿੰਨੀ ਕੁ ਮੈਨੂੰ ਉਮੀਦ ਸੀ ਮੈਂ ਉਹ ਤਾਂ ਕਿਤੇ ਵਧੀਆ ਉਹ ਬਣ ਗਈ ਅਤੇ ਉਹ ਤੋਂ ਬਾਅਦ ਉਹਨੂੰ ਵਧੀਆ ਮਤਲਬ ਠੀਕ ਰਹੀ ਉਹ ਅਤੇ ਅਗਲੀ ਫਿਲਮ ਅਸੀਂ ਫਿਰ ਬਣਾਤੀ ਜਿਹਦਾ ਟਾਈਟਲ ਹੈ ਜੀ ਤੂੰ ਮੇਰਾ ਕੀ ਲੱਗਦਾ ਗੁਰਪ੍ਰੀਤ ਭੰਗੂ ਮੈਡਮ ਗੁਰਮੀਤ ਸਾਜਨ ਸਾਹਿਬ ਤੇ ਪ੍ਰਿੰਸ ਕਮਲਜੀਤ ਕਾਫੀ ਆਰਟਿਸਟ ਜਿਹੜੇ ਥੀਏਟਰ ਦੇ ਹੈ ਆਪਣੇ ਚੰਗੇ ਆਪਣੇ ਵੱਲੋਂ ਵਧੀਆ ਕੰਮ ਕੀਤਾ ਠੀਕ ਹੈ ਬਾਕੀ ਲਾ ਦਿਆਂਗੇ ਬਾਕੀ ਦੱਸਣਗੇ ਆਪਣੇ ਬਿਲਕੁਲ ਲੋਕਾਂ ਦੀ ਕਚਹਿਰੀ 'ਚ ਉਹ ਆਏਗੀ ਉਸ ਤੋਂ ਬਾਅਦ ਉਹਦਾ ਜਿਹੜਾ ਹੈਗਾ ਸਿੱਟਾ ਕੱਢਣਗੇ ਕੀ ਉਹ ਕਿਵੇਂ ਹੈਗੀ ਆ ਸੋ ਅਖੀਰ ਦੇ ਵਿੱਚ ਇੱਕ ਮੈਸੇਜ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਤੇ ਇੱਕ ਮੈਸੇਜ ਜਿਹੜਾ ਜਿਹੜੇ ਹੁਣ ਨਵੇਂ ਮੁੰਡੇ ਗਾਉਣਾ ਚਾਹੁੰਦੇ ਨੇ ਕੁੜੀਆਂ ਗਾਉਣਾ ਚਾਹੁੰਦੀਆਂ ਉਹਨਾਂ ਨੂੰ ਪਹਿਲਾਂ ਉਹਨਾਂ ਦਾ ਹੀ ਕਹਿ ਦਿਓ ਕਿ ਉਹ ਕਿਵੇਂ ਗਾਉਣ ਕਿਵੇਂ ਇਸ ਫੀਲਡ ਦੇ ਵਿੱਚ ਆਉਣ ਕਿਉਂਕਿ ਬਿਨਾਂ ਆਪਾਂ ਮਿਹਨਤ ਤੋਂ ਕਈ ਵਾਰ ਕਰ ਲੈਂਦੇ ਹਾਂ ਫਿਰ ਇੱਕ ਅੱਧਾ ਗੀਤ ਚੱਲ ਕੇ ਸ਼ਾਰਟਕੱਟ ਹਮੇਸ਼ਾ ਸਾਨੂੰ ਵੀ ਦੁਖੀ ਕਰਦਾ ਜਿੱਥੇ ਅਸੀਂ ਮਾਰ ਜਾਂਦੇ ਹਾਂ ਜਦੋਂ ਤੁਸੀਂ ਪਰਪੱਕ ਹੋ ਕੇ ਆਉਂਦੇ ਹੋ ਕਿਸੇ ਚੀਜ਼ 'ਚ ਕਿਉਂਕਿ ਸੰਗੀਤ ਇੱਕ ਥੋੜ੍ਹੀ ਜ਼ਿੰਦਗੀ ਦਾ ਬੜਾ ਸਕੂਨ ਦੇ ਨਾਲ ਇਸ ਤਰ੍ਹਾਂ ਮੈਂ ਤਾਂ ਕਹਿੰਦਾ ਹਰ ਇੱਕ ਨੂੰ ਸਿੱਖਣਾ ਚਾਹੀਦਾ ਇਹ ਸ਼ੁਰੂ ਦਾ ਟਾਈਮ ਆਪਣੇ ਕੋਲ ਹੁੰਦਾ ਉਦੋਂ ਆਪਾਂ ਗੌਰ ਨਹੀਂ ਕਰਦੇ ਇਹ ਕੰਮ ਮੈਨੂੰ ਲੱਗਦਾ 20-25 ਸਾਲ ਦੀ ਉਮਰ 'ਚ ਕੰਪਲੀਟ ਹੀ ਹੋਣੇ ਚਾਹੀਦੇ ਨੇ ਜ਼ਿੰਦਗੀ 'ਚ ਤੁਸੀਂ ਪੜ੍ਹਦੇ ਹੋ ਜਦੋਂ ਨਾਲ ਭੰਗੜਾ ਨਹੀਂ ਸਿੱਖ ਸਕਦੇ ਤੁਸੀਂ ਸ਼ੌਕ ਰੱਖੋ ਜੇ ਊਂ ਨਹੀਂ ਗਾਉਣਾ ਤਾਂ ਵਿਆਹ 'ਚ ਤਾਂ ਪਾਉਣ ਜੋਗੇ ਹੋ ਜਾਓਗੇ ਅਤੇ ਤੁਸੀਂ ਸੰਗੀਤ ਵੀ ਪੜ੍ਹਾਈ ਦੇ ਨਾਲ ਨਾਲ ਹੀ ਸਿੱਖ ਸਕਦੇ ਹੋ 2-3 ਸਾਲ ਦੀ ਗੱਲ ਆ ਇਹਦੇ ਵਿੱਚ ਸਪੈਸ਼ਲ ਕੋਈ ਨਹੀਂ ਸਿੱਖ ਲੈਣਾ ਚਾਹੀਦਾ ਉਹ ਸਾਲਾਂ ਦੇ ਵਿੱਚ ਤੁਸੀਂ ਐਜੂਕੇਸ਼ਨ ਜਦੋਂ ਪੜ੍ਹਦੇ ਹੋ ਅਤੇ ਨਾਲ ਨਾਲ ਸੰਗੀਤ ਸਿੱਖੋ ਗਾਓ ਫਿਰ ਆਪਣੀ ਆਵਾਜ਼ ਨੂੰ ਗਾ ਸਕਦੇ ਹੋ ਬਾਕੀ ਫਿਰ ਉਹੀ ਗੱਲ ਆ ਜਾਂਦੀ ਆ ਵਡਿਆਈਆਂ ਪਰਮਾਤਮਾ ਦੇ ਹੱਥ ਹਨ ਹੁਣ ਇਹ ਵੀ ਨਹੀਂ ਹੁੰਦਾ ਵੀ ਸਾਰੇ ਸਿੱਖੇ ਹੋਏ ਹਿੱਟ ਹੋ ਜਾਂਦੇ ਨੇ
कई अणसिखे भी हिट हो जाते हैं बाबे की कृपा, पर अपने वालों मेहनत करो तो गाउण का बड़ा सुनहरी मौका। मैं नहीं कहूँगा कि बहुत सौखा है, थोनों जरूर पता जे थोड़ा गाना चलता, थोनों यूट्यूब बहुत सारे सोर्सिस आ गए जो सोशल मीडिया तो थोनों पैसा आऊगा। तो इतों के मुंडिया यूके बिल्कुल पता होंगे भी किनू तुम राइट्स बेसते कितों कितों पैसा आता है, थोड़ा गाँव जिते भी बजना तो थोड़ी रॉयल्टी जी यूट्यूब है फेसबुक है मेरा ख्याल अच्छ पे करती है, करती ही है क्योंकि तैयो साड़िया कंपनियां साढ़े ते लखा रुपये ला के गाना शूट कर दियां ने, अगे कैसटा विकदियां सी हुण विकदियां नहीं, फिर भी वह बायोटिक गाने का लैके पांच दस पंद्रह भी पच्ची लख कंपनी दें, इस करके दें कि आमदन आउंदी है। बाकी परमात्मा तुहानू सफल करे, गाउण च कोई नहीं ये गुरेज ना करो, तो टाइम बहुत अच्छा है हुण तुसीं गा सकदे हो, पर मैं कहूँगा कि वधिया गायो चंगा गायो। हाँ सो बाद विच जिहड़ा मेहनत दा फिर मुल तां ही जिहड़ा मुड़दा है। अखीर दे विच पूरी दुनिया दे विच वास्ते पंजाबियों नूं की मैसेज दिओगे? पंजाबी जी वाह कमाल आ, हुण तां मैं पहला 2005 दे विच तुहानूं दस्सिया, हुण आ गया 15-18-19 आ गया ਅਤੇ ਹੁਣ ਤਾਂ ਮਹਿਸੂਸ ਹੈ, ਹੁਣ ਹਟ ਗਿਆ ਕਿ ਸਾਡਾ ਦਿਲ ਲੱਗ ਜਾਂਦਾ, ਇੱਥੇ ਪਤਾ ਲੱਗਦਾ ਇੱਧਰ ਬਰਮਿੰਘਮ ਆ ਗਏ ਉਹ ਲੰਡਨ ਇੱਧਰ ਘੁੰਮਦੇ ਘਾਮਦੇ ਹਫ਼ਤੇ ਐਂ ਜਾਂਦੇ ਨੇ। ਅਤੇ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਆ ਕਿ ਬਾਬੇ ਦੀ ਕਿਰਪਾ ਦੇ ਨਾਲ ਦੁਨੀਆ ਕੁਛ ਵੀ ਕਰ ਲਏ ਉਹ ਫਿਰ ਲਾਈਨਾਂ ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਹਮੇਸ਼ਾ ਹੀ ਵਸਦਾ ਰਹੂਗਾ। ਇਹ ਪੱਗਾਂ ਦਾ ਦੌਰ ਕਿਸੇ ਕਾਨੂੰਨ ਨੇ ਨਹੀਂ ਲਿਆਂਦਾ, ਸਾਰੇ ਨਿੱਕੇ ਨਿੱਕੇ ਬੱਚੇ ਮੇਰੇ ਆਪਦਾ ਬੱਚਾ ਕਹਿੰਦਾ ਕਿ ਮੈਂ ਬਾਪੂ ਪੱਗ ਬੰਨਿਆ ਕਰੂੰ, ਮੈਨੂੰ ਬੜੀ ਖੁਸ਼ੀ ਹੁੰਦੀ ਵੀ ਫਿਲਮਾਂ 'ਚ ਐਕਟਰਾਂ ਨੂੰ ਪੱਗਾਂ ਬੰਨਣੀਆਂ ਪੈ ਗਈਆਂ। ਇਹ ਕਿਸੇ ਨੇ ਲਿਆਂਦਾ ਨਹੀਂ, ਕੋਈ ਕ੍ਰਾਂਤੀ ਨਹੀਂ ਆਈ, ਕਿਸੇ ਨੇ ਕਿਹਾ ਨਹੀਂ ਪੱਗਾਂ ਬੰਨੋ, ਇਹ ਬਾਬੇ ਸੱਚੇ ਪਾਤਸ਼ਾਹ ਦਸਾਂ ਗੁਰੂਆਂ ਦੇ ਬੋਲ ਆ। ਜਿੱਦਾਂ ਹਿੰਦੁਸਤਾਨ ਦੇ ਵਿੱਚ ਕਿ ਮੈਂ ਸਮਝਦਾ ਹੁੰਦਾ ਦੇਖਦਾ ਹੁੰਦਾ ਕਿਉਂਕਿ ਮੈਂ ਮਲੇਰਕੋਟਲੇ ਦੇ ਨਾਲ ਬਿਲੋਂਗ ਕਰਦਾ, ਉੱਥੇ ਜਾ ਕੇ ਦੇਖਦਾ ਵੀ ਇਹ ਸ਼ਹਿਰ ਕਿੱਦਾਂ ਅਜੂਬਾ ਹੈ, ਕਿ ਇਹ ਕਿਵੇਂ ਬੈਠੇ ਆ ਇੱਥੇ, ਸਾਰੇ ਮੁਸਲਿਮ ਭਾਈਚਾਰਾ ਸਾਰਾ ਉੱਥੇ ਬੈਠਾ ਹੈ। ਇਹ ਉੱਥੇ ਹਾਂ ਦਾ ਨਾਰਾ ਗੁਰਦੁਆਰਾ, ਕਹਿੰਦੇ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਤਾਂ ਨਵਾਬ ਨੇ ਕਿਹਾ ਸੀ ਅਤੇ ਵੀ ਇਹ ਉਹ, ਫਿਰ ਗੁਰੂ ਜੀ ਨੇ ਪੁੱਛਿਆ ਵੀ ਕਿਸੇ ਨੇ ਕਿਹਾ ਵੀ, ਉਹ ਕਹਿੰਦੇ ਹਾਂਜੀ ਕੋਠੜ ਵਾਲੇ ਨਵਾਬ ਨੇ ਜ਼ਰੂਰ ਕਿਹਾ ਸੀ, ਉਹਨਾਂ ਨੇ ਵਚਨੇ ਕੀਤੇ ਸੀ ਭਗਤੀ 'ਚ ਹੈ, ਪਰ ਜੇ ਤੁਸੀਂ ਉੱਥੇ ਤੱਕ ਪਹੁੰਚੋ ਪੜ੍ਹ ਪੁੜ ਕੇ ਨਹੀਂ ਤਾਂ ਬਾਬੇ ਵੱਡੀਆਂ ਗੱਲਾਂ ਨੇ। ਮੈਂ ਬਿਲੀਵ ਕਰਦਾ ਹੁੰਦਾ ਕਿਉਂਕਿ ਜੋ ਸ਼ਬਦ ਦੁਨੀਆ ਦੇ ਉੱਤੇ ਬਣ ਗਿਆ ਉਹਦੀ ਹੋਂਦ ਹੈ, ਹਵਾ ਪਾਣੀ ਕੁਛ ਵੀ ਗਰਮੀ ਤੁਹਾਨੂੰ ਸਭ ਚੀਜ਼ ਮਿਲੂ, ਇਸ ਕਰਕੇ ਪਰਮਾਤਮਾ ਵੀ ਹੈ ਅਤੇ ਉਹ ਵੱਡੀਆਂ ਗੱਲਾਂ ਨੇ ਉਹਨਾਂ ਦੇ ਵਚਨਾਂ 'ਤੇ ਉਹ ਹੈ। ਅਤੇ ਆਹ ਦੇਖ ਲਓ ਪੱਗਾਂ ਫਿਰ ਦੁਬਾਰਾ ਬੰਨ ਕੇ ਪਸੰਦ ਕਰਦੇ, ਅਸੀਂ ਖੁਦ ਆਪਦੇ ਆਪ ਨੂੰ ਬੰਨ ਕੇ ਆਉਂਦੇ ਹਾਂ ਹੁਣ ਜੇਲ੍ਹਾਂ ਤੋਂ ਦੁਬਾਰਾ ਆਪਾਂ ਇੱਕ ਵਾਰ ਆਏ ਹਾਂ, ਮੈਂ ਤੁਸੀਂ ਦੇਖੋ ਪੰਜਾਬ 'ਚ ਜਾ ਕੇ ਪੱਗਾਂ ਹੀ ਪੱਗਾਂ ਪੱਗਾਂ ਹੀ ਪੱਗਾਂ, ਅਸੀਂ ਆਪ ਸਿੱਖਦੇ ਹਾਂ ਉਹਨਾਂ ਤੋਂ ਵੀ, ਐਂ ਸਿੱਧੀਆਂ ਹੀ ਆ ਕਿਵੇਂ ਬੰਨੀ ਦੀਆਂ, ਚਿਣ ਚੁਣ ਕੇ ਹੈ ਜੀ ਟਰਾਈ ਕਰੀ ਦੀ ਆ। ਉਹ ਮੁੰਡੇ ਇੰਨੇ ਵਧੀਆ, ਇੰਨਾ ਸ਼ੌਕ ਮੈਨੂੰ 50 ਤੋਂ ਉੱਪਰ ਟੱਪ ਗਏ ਪੱਗਾਂ ਵਾਲੇ 50 ਤੋਂ। ਇਹ ਆਪਾਂ ਨੂੰ ਹੋਣਾ ਕੁਛ ਨਹੀਂ ਪੰਜਾਬੀਆਂ ਨੂੰ, ਇਹ ਗੱਲ ਦਾ ਜਮੀ ਛੱਡ ਦਿਓ ਫਿਕਰ, ਪਰ ਆਪਣੇ ਧਰਮ ਨਾਲ ਆਪਣਾ ਧਰਮ ਕਿਸੇ ਨੂੰ ਕਿਸੇ ਨਾਲ ਈਰਖਾ ਕਰਨੀ ਨਹੀਂ ਸਿਖਾਉਂਦਾ, ਇੰਨੀਆਂ ਸੋਹਣੀਆਂ ਗੱਲਾਂ ਸਿਖਾਈਆਂ, ਆਪਾਂ ਤਾਂ ਪਤਾ ਨਹੀਂ ਕਿਵੇਂ ਦੀਵੇ ਥੱਲੇ ਹਨੇਰੇ ਵਾਲੀ ਗੱਲ ਕਰੀ ਬੈਠੇ ਹਾਂ। ਆਪਾਂ ਆਪਸ ਵਿੱਚ ਲੜਦੇ ਹਾਂ, ਕੋਈ ਗੁਰਬਾਣੀ ਦੀ ਤੁੱਕ ਨੂੰ ਲੈ ਕੇ ਵੜ ਜਾਂਦਾ, ਕਿਤੇ ਗਲਤ ਵੀ ਹੋ ਜਾਂਦੀ ਆ, ਮਾਫ਼ੀ ਮੰਗ ਲਈ, ਕਈ ਵਾਰ ਸਾਡੇ ਮੂੰਹ 'ਚੋਂ ਵੀ ਨਿਕਲ ਜਾਂਦਾ ਕੁਛ ਨਾ ਕੁਛ, ਅਸੀਂ ਉਹਨੂੰ ਵੀ ਤੁੱਕ ਬਣਾ ਲੈਂਦੇ ਹਾਂ। ਅਤੇ ਬਹੁਤ ਅੱਛਾ ਵਿਰਸਾ ਸਾਡਾ, ਮੈਨੂੰ ਲੱਗਦਾ ਦੁਨੀਆ ਤੋਂ ਮਹਾਨ ਆ, ਕਿੰਨੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਸਿਖਾਈਆਂ ਸੀ ਉਹ ਅੰਗਰੇਜ਼ ਅਡੋਪਟ ਕਰੀ ਬੈਠੇ ਸਾਰੇ, ਜੀ 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 ਬਿਲਕੁਲ, ਦੂਏ ਦੀ ਹੈਲਪ ਕਰਨੀ, ਇਹ ਸਾਡਾ ਧਰਮ ਸਿਖਾਉਂਦਾ ਸੀ, ਉੱਥੇ ਜਿਹੜੇ ਲੱਭਦੇ ਫਿਰਦੇ ਹਾਂ ਬਿਲਕੁਲ। ਅਤੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਸਾਡੇ ਗੁਰੂ ਤੋਂ, ਕਿਸੇ ਦਾ ਮਾੜਾ ਨਹੀਂ, ਕਿਸੇ ਨਾਲ ਈਰਖਾ ਨਹੀਂ ਕਰਨਾ। ਖੈਰ ਮੇਰੀਆਂ ਨੇ, ਮੇਰੀ ਆਪਣੀ ਰਾਏ ਆ, ਬਾਕੀ ਤਾਂ ਤੁਸੀਂ ਸਾਰੇ ਸਿਆਣੇ ਹੋ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਅਸੀਂ ਵੀ ਹਰ ਕੰਮ ਪੁੱਛ ਕੇ ਕਰੀਦਾ ਵੀ ਇੱਦਾਂ ਕਰ ਲਈਏ ਜੇ ਕਰ ਲਈਏ, ਐਡਾ ਮੈਂ ਹੈ ਨਹੀਂ ਕਿ ਮਤ ਦੇਵਾਂ, ਪਰ ਜਿੰਨਾ ਕੁ ਮੈਨੂੰ ਲੱਗਦਾ ਹੁੰਦਾ ਹੈ ਨਾ, ਤੁਸੀਂ ਪੁੱਛ ਲੈਂਦੇ ਹੋ, ਅਸੀਂ ਆਪਣੀ ਰਾਏ ਦੇ ਦਿੰਦੇ ਹਾਂ ਵੀ ਇੱਦਾਂ ਠੀਕ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਹੀ ਸੋਹਣੀਆਂ ਗੱਲਾਂ ਅੱਜ ਜਿਹੜੀਆਂ ਸਾਡੇ ਨਾਲ ਤੁਸੀਂ ਕੀਤੀਆਂ ਨੇ, ਸਾਡੇ ਦਰਸ਼ਕਾਂ ਨੂੰ ਵੀ ਮੈਂ ਉਮੀਦ ਕਰਦਾ ਕਿ ਪਸੰਦ ਆਈਆਂ ਹੋਣਗੀਆਂ, ਕਿਉਂਕਿ ਹਰ ਇੱਕ ਪੱਖ ਨੂੰ ਜਿਹੜਾ ਮੈਂ ਪੁੱਛਣ ਦੀ ਹਰਜੀਤ ਹਰਮਨ ਦੇ ਹੋਰਾਂ ਦੇ ਕੋਲੋਂ ਜਿਹੜਾ ਪੁੱਛਣ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਖਾਸ ਕਰਕੇ ਜਿਹੜਾ ਸਾਡਾ ਅੱਜ ਦਾ ਰਿਹਾ ਕਿ ਪੰਜਾਬ ਦੇ ਹਾਲਾਤ, ਉਹ ਤੋਂ ਬਾਅਦ ਗਾਇਕੀ ਕਿਵੇਂ ਦੀ ਹੈਗੀ ਹੈ, ਸੋ ਇਹਨਾਂ ਦੇ ਸਫ਼ਰ ਦੀ ਵੀ ਆਪਾਂ ਗੱਲ ਕੀਤੀ ਹੈ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ, ਇੱਥੇ ਮੈਨੂੰ ਅਤੇ ਹਰਜੀਤ ਹਰਮਨ ਭਾਅ ਜੀ ਨੂੰ ਦਿਓ ਇਜਾਜ਼ਤ, ਇੱਥੇ ਆਪਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ, ਹਾਂਜੀ ਹਾਂਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।